ਆਪਾਂ ਸਤਿਗੁਰੂ ਦੇ ਕੋਲ ਆ ਕੇ ਕੀ ਲੈ ਕੇ ਜਾਣਾ ਹੈ? ਸਤਿਗੁਰੂ ਨੂੰ ਲੈ ਕੇ ਜਾਣਾ, ਸਤਿਗੁਰੂ ਕੋਲੋਂ ਆ ਕੇ ਸਤਿਗੁਰੂ ਲੈ ਕੇ ਜਾਣਾ, ਸੱਚਾ ਗਿਆਨ ਲੈ ਕੇ ਜਾਣਾ, ਸਤਿਗੁਰੂ ਜੀ ਦੇ ਬਚਨਾਂ ਨੂੰ ਸੁਣ ਸਮਝ ਕੇ ਬਚਨ ਆਪਣੇ ਨਾਲ ਲੈ ਕੇ ਜਾਣੇ ਹੈ, ਬਚਨ ਆਪਣੀ ਜ਼ਿੰਦਗੀ 'ਚ ਲੈ ਕੇ ਜਾਣੇ ਹੈ। ਹੁਣ ਤੁਸੀਂ ਜਰਾ ਸੁਣੋ, ਅਸੀਂ ਪਤਾ ਕੀ ਕਰਦੇ ਹਾਂ, ਮੈਂ ਜੀ ਰੱਬ ਨਾਲ ਜੁੜਿਆ ਹੋਇਆ। ਅੱਛਾ, ਮੈਂ ਤੇ ਇੰਨੇ ਸਾਲਾਂ ਤੋਂ ਗੁਰੂ ਘਰ ਨਾਲ ਜੁੜਿਆ ਹੋਇਆ। ਅੱਛਾ ਜੀ, ਤੈਨੂੰ ਗੁਰੂ ਘਰ ਚੋਂ ਕੀ ਕੀ ਮਿਲਿਆ? ਤੈਨੂੰ ਗੁਰੂ ਘਰ ਚੋਂ ਕੀ ਕੀ ਮਿਲਿਆ? ਅੱਗੋਂ ਪਤਾ ਕੀ ਕਹਿੰਦਾ, ਮੈਨੂੰ ਜੀ ਗੁਰੂ ਘਰ ਚੋਂ ਪੁੱਤਰ ਮਿਲਿਆ। ਤੇ ਇੱਕ ਬੰਦਾ ਉਹ ਹੈ ਜਿਹੜਾ ਰੱਬ ਨੂੰ ਮੰਨਦਾ ਹੀ ਨਹੀਂ, ਰੋਜ਼ ਰੱਬ ਨੂੰ ਚਾਰ ਗਾਲਾਂ ਕੱਢਦਾ, ਉਹ ਕਹਿੰਦਾ ਪੁੱਤ ਤੇ ਮੈਨੂੰ ਵੀ ਮਿਲਿਆ। ਮੈਂ ਤੇ ਰੱਬ ਨੂੰ ਮੰਨਦਾ ਹੀ ਨਹੀਂ, ਮੈਂ ਤੇ ਕਦੇ ਵੜਿਆ ਹੀ ਨਹੀਂ ਗੁਰਦੁਆਰੇ, ਮੈਨੂੰ ਵੀ ਮਿਲਿਆ। ਤੂੰ ਕਹਿੰਦਾ ਮੇਰੀ ਫਸਲ ਬੜੀ ਵਧੀਆ ਹੋਈ ਆ, ਉਹ ਕਹਿੰਦਾ ਮੈਂ ਤੇ ਰੱਬ ਨੂੰ ਗਾਲਾਂ ਕੱਢਦਾ, ਫਸਲ ਤੇ ਮੇਰੀ ਵੀ ਵਧੀਆ ਹੋਈ ਆ, ਹੋਰ ਵਿਖਾ ਕੀ ਹੈ ਤੇਰੇ ਕੋਲ। ਤੂੰ ਕਹਿੰਦਾ ਮੈਨੂੰ ਗੁਰੂ ਘਰ, ਮੈਨੂੰ ਤੇ ਕੋਠੀ ਦਿੱਤੀ ਹੈ ਗੁਰੂ ਸਾਹਿਬ ਨੇ, ਉਹ ਕਹਿੰਦਾ ਮੈਂ ਤੇ ਗਾਲਾਂ ਕੱਢਦਾ ਰੋਜ਼, ਰੱਬ ਰੂਬਰੂ ਕਿਹੜਾ ਰੱਬ, ਕੋਠੀ ਤੇਰੇ ਨਾਲੋਂ ਵਧੀਆ ਮੈਂ ਵੀ ਬਣਾ ਲਈ, ਹੋਰ ਤੱਕ ਹੋਰ ਵਿਖਾ ਕੀ ਮਿਲਿਆ। ਵੀ ਜਿਹੜੇ ਕਾਮਰੇਡ ਹੁੰਦੇ ਨੇ ਰੱਬ ਨੂੰ ਮੰਨ, ਕੀ ਉਹਨਾਂ ਦੇ ਬੱਚੇ ਨਹੀਂ ਹੁੰਦੇ? ਬੋਲੋ ਬੋਲੋ ਜੀ, ਹੁੰਦੇ ਨੇ ਕੀ? ਉਹਨਾਂ ਦੀਆਂ ਕੋਠੀਆਂ ਨਹੀਂ ਬਣਦੀਆਂ? ਬੋਲੋ ਸਿੰਘੋ, ਕੀ ਉਹਨਾਂ ਦੇ ਬੱਚੇ ਪਾਸ ਨਹੀਂ ਹੁੰਦੇ? ਕੀ ਉਹਨਾਂ ਦੇ ਬੱਚੇ ਵਿਦੇਸ਼ਾਂ 'ਚ ਪੜ੍ਹਨ ਨਹੀਂ ਜਾਂਦੇ? ਕੀ ਉਹਨਾਂ ਦੇ ਅਮਰੀਕਾ ਕੈਨੇਡਾ ਦੇ ਵੀਜ਼ੇ ਨਹੀਂ ਲੱਗਦੇ? ਫਿਰ ਵੱਖਰਾ ਕੀ ਹੈ? ਜੇ ਤੂੰ ਕਹੇਗਾ ਮੈਂ ਗੁਰਦੁਆਰਿਓਂ ਮੈਨੂੰ ਪੁੱਤ ਮਿਲਿਆ, ਤੈਨੂੰ ਕਾਮਰੇਡ ਕਹੇਗਾ ਆਹ ਵੇਖ ਮੈਨੂੰ ਕਿੱਥੋਂ ਮਿਲਿਆ, ਮੈਂ ਤਾਂ ਮੰਨਦਾ ਹੀ ਨਹੀਂ ਗੁਰਦੁਆਰੇ ਨੂੰ, ਮੈਨੂੰ ਕਿੱਥੋਂ ਮਿਲਿਆ? ਸੋਚ ਕੇ ਵੇਖੋ ਜਰਾ, ਦਿਮਾਗ ਤੇ ਬੋਝ ਪਾਓ ਮਾੜਾ ਜਿਹਾ, ਕਿਰਪਾ ਕਰਕੇ ਧਿਆਨ ਦਿਓ ਇਹਨਾਂ ਗੱਲਾਂ। ਅਸੀਂ ਖੜੇ ਕਿੱਥੇ ਆ, ਸਮਝ ਕੀ ਬੈਠੇ ਆ? ਅਸੀਂ ਕਿੱਡੀ ਉਲਟ ਡੈਫੀਨੇਸ਼ਨ ਸਮਝ ਕੇ ਬੈਠੇ, ਕਨਸੈਪਟ ਕੀ ਹੈ ਸਮਝਿਆ ਕੀ ਫਿਰਦੇ ਆ, ਕਿੱਡੀ ਉਲਟ ਗੱਲ ਹੈ। ਕਿਰਪਾ ਕਰਕੇ ਇਸ ਚੀਜ਼ ਨੂੰ ਨੋਟ ਕਰੋ। ਉਹ ਬੰਦਾ ਕਹਿੰਦਾ ਯਾਰ ਤੂੰ ਕਹਿੰਦਾ ਮੇਰੇ ਮੇਰੇ ਰੱਬ ਨੇ ਪੁੱਤਰ ਦਿੱਤਾ ਹੈ ਤੇ ਪੁੱਤਰ ਤੇ ਮੇਰੇ ਵੀ ਹੈ, ਕੀ ਤੁਸੀਂ ਪੁੱਤਰ ਨੂੰ ਰੱਬ ਦੀ ਬਖਸ਼ਿਸ਼ ਮੰਨਦੇ ਹੋ? ਕੀ ਕੋਠੀ ਨੂੰ ਰੱਬ ਦੀ ਬਖਸ਼ਿਸ਼ ਮੰਨਦੇ ਹੋ? ਕੋਠੀ ਤੇ ਫਿਰ ਮੈਨੂੰ ਵੀ ਮਿਲ ਗਈ, ਮੈਂ ਤੇ ਰੱਬ ਨੂੰ ਮੰਨਿਆ ਨਹੀਂ, ਬਖਸ਼ਿਸ਼ ਮੇਰੇ ਤੇ ਤੇਰੇ ਨਾਲੋਂ ਵੱਡੀ ਹੈ ਨਾਲੇ ਬਖਸ਼ਿਸ਼। ਜੇ ਬੱਚਿਆਂ ਨੂੰ ਬਖਸ਼ਿਸ਼ ਮੰਨਦੇ ਹੋ ਤੇ ਤੇਰੇ ਨਾਲੋਂ ਵੱਧ ਨੇ ਮੇਰੇ, ਫਿਰ ਬੇਬੇ ਨਾਨਕੀ ਤੇ ਰੱਬ ਦੀ ਬਖਸ਼ਿਸ਼ ਨਹੀਂ ਸੀ? ਬੋਲੋ ਜਰਾ ਸਿੰਘ, ਬੇਬੇ ਨਾਨਕੀ ਦੇ ਕੋਈ ਬੱਚਾ ਨਹੀਂ ਸੀ, ਗੁਰੂ ਨਾਨਕ ਸਾਹਿਬ ਜੀ ਦੀ ਭੈਣ ਸੀ, ਕੀ ਉਹਦੇ ਤੇ ਰੱਬ ਦੀ ਬਖਸ਼ਿਸ਼ ਨਹੀਂ ਸੀ? ਗੁਰਸਿੱਖੋ, ਤੁਹਾਡੇ ਕੋਲ ਵਿਖਾਣ ਨੂੰ ਹੈ ਕੀ? ਫਿਰ ਕਿਹੜੀ ਚੀਜ਼ ਵਿਖਾਏਗਾ? ਜਿਹੜੇ ਰੱਬ ਨੂੰ ਨਹੀਂ ਮੰਨਦੇ ਪੁੱਤ ਤੇ ਉਹ ਵੀ ਵਿਖਾਈ ਜਾਣਗੇ। ਜੇ ਤੂੰ ਕੋਠੀ ਵਿਖਾਏਗਾ, ਅਗਲਾ ਤੈਨੂੰ ਉਦੋਂ ਵੱਡੀ ਕੋਠੀ ਵਿਖਾ ਦੇਗਾ। ਜਿੱਦਣ ਮੀਂਹ ਪੈਂਦਾ ਹੈ ਤੇਰੀ ਜ਼ਮੀਨ ਵਿੱਚ ਵੀ ਪੈਂਦਾ, ਤੇ ਕਾਮਰੇਡਾਂ ਦੀਆਂ ਜ਼ਮੀਨਾਂ 'ਚ ਵੀ ਮੀਂਹ ਪੈਂਦਾ ਹੈ, ਰੱਬ ਨੂੰ ਗਾਲਾਂ ਕੱਢਣ ਵਾਲਿਆਂ ਦੀਆਂ ਜ਼ਮੀਨਾਂ 'ਚ ਵੀ ਮੀਂਹ ਪੈਂਦਾ ਹੈ, ਵਿਖਾਏਗਾ ਫਿਰ ਕੀ? ਦੱਸੋ ਫਿਰ ਵੱਖਰੀ ਚੀਜ਼ ਕੀ ਹੈ? ਵੱਖਰੀ ਚੀਜ਼ ਇਹ ਹੈ ਓਏ ਪਿਆਰਿਆ, ਆ ਗੁਰੂ ਜੀ ਦਾ ਸੱਚਾ ਗਿਆਨ, ਪਰ ਨਾਰੀ ਪਰ ਪੁਰਸ਼ ਦਾ ਸੰਗ ਨਹੀਂ ਕਰਨਾ, ਗੰਦਮੰਦ ਸੁਣਨਾ ਨਹੀਂ, ਗੰਦਮੰਦ ਬੋਲਣਾ ਨਹੀਂ, ਮਾੜੇ ਵਿਚਾਰ ਮੇਰੇ ਡਿਲੀਟ ਹੋ ਗਏ ਮੇਰੀ ਜ਼ਿੰਦਗੀ 'ਚ, ਉਹ ਮੈਂ ਮਾੜਾ ਕੰਮ ਤੇ ਕੀ ਕਰਨਾ ਹੈ, ਮੈਨੂੰ ਮਾੜਾ ਫੁਰਨਾ ਵੀ ਨਹੀਂ ਆਉਂਦਾ, ਇਹ ਸਾਰਾ ਕੁਝ ਮੇਰੇ ਗੁਰੂ ਜੀ ਨੇ ਮੈਨੂੰ ਸਿਖਾਇਆ ਹੈ, ਸਤ ਸੰਤੋਖ ਦਇਆ ਧਰਮ ਧੀਰਜ, ਇਹ ਸਾਰਾ ਕੁਝ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਸਿੱਖਿਆ ਹੈ, ਲਿਆ ਕਾਮਰੇਡਾ ਵਿਖਾ, ਤੇਰੇ ਕੋਲ ਹੈ ਸਾਰਾ ਕੁਝ, ਇਹ ਵਿਖਾ। ਇੱਥੇ ਫੇਲ ਪੈ ਜਾਏਗਾ ਅਗਲਾ, ਸਤਿਗੁਰੂ ਦਾ ਬਚਨ ਜਿਹੜੇ ਤੇਰੇ ਕੋਲ, ਅਕਲ ਹੋਣੀ ਹੈ ਨਾ ਜਿਹੜੀ, ਉਹ ਨਹੀਂ ਉਹਦੇ ਕੋਲ ਹੋਣੀ, ਜਿਹੜੇ ਅਨਸਰ ਹੋਣਗੇ ਉਹ ਨਹੀਂ ਹੋਣੇ, ਜਿਹੜੇ ਜਵਾਬ ਦੇ ਸਕਦਾ ਉਹ ਨਹੀਂ ਦੇ ਸਕਦਾ, ਉਹ ਜਿਹੜਾ ਤੇਰੇ ਅੰਦਰ ਪਿਆਰ ਭਰਿਆ ਮਨੁੱਖਤਾ ਪ੍ਰਤੀ ਉਹ ਨਹੀਂ ਹੋਣਾ ਉਹਦੇ ਕੋਲ, ਜਿਹੜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਤੈਨੂੰ ਪਰਉਪਕਾਰ ਦੀ ਬਿਰਦੀ ਦਿੱਤੀ ਹੈ, ਜਿਹੜੀ ਗੁਰੂ ਸਾਹਿਬ ਦੇ ਸੱਚੇ ਗਿਆਨ ਕਰਕੇ ਜਿਹੜੀ ਤੈਨੂੰ ਮਿਲੀ ਹੈ ਨਾ, ਉਹ ਨਹੀਂ ਹੋਣੀ ਅਕਲ। ਇੱਥੋਂ ਲੈਣਾ ਕੀ ਸੀ? ਤੂੰ ਮੰਗਦਾ ਕੋਠੀਆਂ ਤੇ ਸਭ ਨੂੰ ਮਿਲ ਜਾਂਦੀਆਂ ਜੀ, ਜ਼ਮੀਨਾਂ ਜਾਇਦਾਦਾਂ ਪ੍ਰਾਪਰਟੀਆਂ ਸਭ ਨੂੰ ਮਿਲ ਜਾਂਦੀਆਂ, ਇਹ ਦਾਤਾ ਕਾਹਦਾ ਹੈ? ਲਓ ਹੁਣ ਪੜ੍ਹੋ, ਹਮ ਮੈਲੇ ਉਜਲ ਕਰ ਮੈਲਾ ਮੈਂ, ਮੈਨੂੰ ਲੋੜ ਕਾਹਦੀ ਹੈ, ਹਮ ਨਿਰਗੁਣ ਤੂੰ ਨਿਰਗੁਣ, ਹਾਂ ਮੈਨੂੰ ਕਾਹਦੀ ਲੋੜ ਹੈ ਜੀ, ਫਿਰ
ਦੱਸੋ ਜੀ ਕੋਠੀ ਦੀ ਲੋੜ ਮੰਗੀ ਐ ਇੱਥੇ ਕਿ ਜ਼ਮੀਨ ਦਿਓ ਕਿ ਮੈਨੂੰ ਮੈਂ ਨਿਰਗੁਣ ਆ ਮਤਲਬ ਮੈਨੂੰ ਕੀ ਦਿਓ ਫਿਰ ਗੁਣ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੂੰ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਸੁਣੋ ਅੱਗੇ ਮਾਧੋ ਹਮ ਐਸੇ ਬੋਲਿਆ ਕਰੋ ਜਿਹਨੂੰ ਪੰਕਤੀ ਆਉਂਦੀ ਮਾਧੋ ਹਮ ਐਸੇ ਹਮ ਪਾਪੀ ਤੂੰ ਪਾਪ ਖੰਡਨ ਨੀਕੋ ਠਾਕੁਰ ਤੇਰਾ ਦੇਸ਼ ਬੜਾ ਵਧੀਆ ਕਿ ਜਿੱਥੋਂ ਸਾਨੂੰ ਗੁਣ ਮਿਲਦੇ ਆ ਤੇਰਾ ਦੇਸ਼ ਬਹੁਤ ਵਧੀਆ ਜਿੱਥੇ ਗੁਣ ਮਿਲਦੇ ਆ ਰੱਬਾ ਜਿੱਥੇ ਤੂੰ ਰਹਿਣਾ ਨੀਕੋ ਠਾਕੁਰ ਦੇਸਾ ਧੰਨ ਸੋ ਦੇਸ਼ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਤੇ ਰੱਬ ਦਾ ਦੇਸ਼ ਕਿੱਥੇ ਆ ਜੀ ਬੋਲੋ ਮੇਰੇ ਰੱਬ ਜੀ ਦਾ ਦੇਸ਼ ਕਿੱਥੇ ਆ ਜੀ ਉੱਤੇ ਆ ਕਿਤੇ ਦੱਸੋ ਉੱਤੇ ਕਿਤੇ ਦੇਸ਼ ਹੈ ਕਿਸੇ ਖਾਸ ਥਾਂ ਤੇ ਹੈ ਨੀਕੋ ਠਾਕੁਰ ਦੇਸਾ ਦਾ ਮਤਲਬ ਭਾਵ ਤੇਰਾ ਦੇਸ਼ ਬੜਾ ਵਧੀਆ ਦੇਸ਼ ਕਿਹੜਾ ਜੀ ਤੇਰਾ ਵਿੱਚ ਸੰਗਤ ਹਰ ਪ੍ਰਭ ਇੱਥੇ ਹੀ ਵਸਦਾ ਹੈ ਇਹ ਜਗ ਸੱਚੇ ਕੀ ਹੈ ਸੱਚੇ ਕਾ ਵਿੱਚ ਤੇਰਾ ਦੇਸ਼ ਆ ਹੋਈ ਹੈ ਆ ਦੇਸ਼ ਹੈ ਤੇਰਾ ਸੰਗਤ ਵਿੱਚ ਆ ਕੇ ਨੀਕੋ ਠਾਕੁਰ ਦੇਸਾ ਅੱਗੇ ਸੁਣੋ ਤੁਮ ਸਭ ਸਾਜੇ ਸਾਜ ਜੀਓ ਪਿੰਡ ਦੇ ਲਓ ਹੁਣ ਇੱਥੇ ਇੱਥੇ ਲਿਆਇਓ ਧਿਆਨ ਨਿਰਗੁਣ ਯਾਰੇ ਗੁਣ ਨਹੀਂ ਕੋਈ ਤੇ ਦਾਨ ਕਾਹਦਾ ਮੰਗਣਾ ਸੀ ਭਲਾ ਤੁਮ ਦਾਨ ਦੇਹੋ ਕਾਹਦਾ ਕਾਹਦਾ ਦਾਨ ਗੁਣਾ ਦਾ ਜੇ ਗੁਣ ਵਿਖਾਉਣ ਮਿਲ ਗਏ ਤੈਨੂੰ ਤੇ ਉਹ ਜਿਹੜਾ ਬੰਦਾ ਰੱਬ ਨੂੰ ਨਹੀਂ ਮੰਨਦਾ ਤੈਨੂੰ ਗੁਣ ਨਹੀਂ ਵਿਖਾ ਸਕਦਾ ਕੋਠੀ ਵਿਖਾ ਸਕਦਾ ਤੈਨੂੰ ਪ੍ਰਾਪਰਟੀ ਵਿਖਾ ਸਕਦਾ ਉਹ ਕਹੇਗਾ ਮੈਂ ਰੱਬ ਨੂੰ ਨਹੀਂ ਮੰਨਦਾ ਆ ਪੁੱਤ ਤੇ ਮੇਰੇ ਵੀ ਹੈ ਜਦੋਂ ਕਹੇਗਾ ਨਾ ਵੀ ਮੈਂ ਗੁਰੂ ਕੋਲੋਂ ਗੁਣ ਮੰਗੇ ਐ ਆ ਖਜ਼ਾਨਾ ਭਰਤਾ ਮਾਲਕ ਨੇ ਮੇਰੀ ਝੋਲੀ ਭਰਤੀ ਆ ਝੋਲੀ ਇੱਥੇ ਪੈਣੇ ਨੇ ਇੱਥੇ ਸੁਰਤ ਵਿੱਚ ਅਕਲ ਸਮਝ ਉਹ ਗੁਣ ਗੁਣਾ ਦਾ ਖਜ਼ਾਨਾ ਮਾਲਕ ਹੈ ਗੁਣ ਦੇ ਦੇਣਗੇ ਇਹ ਵਿਖਾ ਹੈ ਤੇਰੇ ਕੋਲ ਸਤਿਗੁਰੂ ਕੋਲੋਂ ਗੁਣ ਲੈਣ ਆਉਣਾ ਗੁਣ ਮਤਲਬ ਸੱਚਾ ਗਿਆਨ ਮਤਲਬ ਬਚਨ ਬਚਨ ਹੀ ਸਤਿਗੁਰੂ ਹੈ ਝੋਲੀ ਚ ਕੀ ਪਵਾਣਾ ਬਚਨ ਸੱਚਾ ਗਿਆਨ ਜਿਹੜਾ ਨਹੀਂ ਕਿਸੇ ਨੂੰ ਮਿਲ ਸਕਣਾ ਜੋ ਨਹੀਂ ਵਿਖਾ ਸਕਦਾ ਕੋਈ ਉਹ ਤੈਨੂੰ ਸੱਚੇ ਗਿਆਨ ਚੋਂ ਹੀ ਮਿਲ ਸਕਦਾ ਹੈ ਤੇ ਜਿਹਨੂੰ ਸੱਚਾ ਗਿਆਨ ਮਿਲ ਜਾਂਦਾ ਹੈ ਉਹਨੂੰ ਕੋਠੀਆਂ ਨਾ ਵੀ ਮਿਲਣੋਂ ਕਹਿੰਦਾ ਮੇਰਾ ਸਰ ਗਿਆ ਯਾਰ ਸਰ ਗਿਆ ਨਹੀਂ ਬੱਚਾ ਹੋਇਆ ਕਹਿੰਦੇ ਸਰ ਗਿਆ ਜਦੋਂ ਗੁਣਾ ਨਾਲ ਮਾਲਕ ਨੇ ਭਰਪੂਰ ਕਰਤਾ ਮਗਰ ਕੀ ਰਹਿ ਗਿਆ ਨਿਰਗੁਣ ਯਾਰੇ ਬੋਲਿਆ ਕਰੋ ਸਿੰਘੋ ਨਿਰਗੁਣ ਯਾਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੋ ਮਿਹਰਬਾਨਾ ਦਾਨ ਦਿਓ ਕਾਹਦਾ ਗੁਣਾ ਦਾ ਤੇ ਤੂੰ ਤੇ ਸਦਾ ਹੀ ਭਲਾ ਕਰਦਾ ਅਸੀਂ ਮੂਰਖ ਤੇ ਜਾਣਿਆ ਹੀ ਨਹੀਂ ਅਸੀਂ ਤੇ ਅਸੀਂ ਕਮਲੇ ਹੋਰ ਹੀ ਕੁਝ ਮੰਗੀ ਜਾਂਦੇ ਆ ਮਾਲਕ ਜੀ ਕੋਠੀ ਦੇ ਦਿਓ ਮਾਲਕ ਜੀ ਗੱਡੀ ਦੇ ਦਿਓ ਮਾਲਕ ਜੀ ਪੁੱਤ ਦੇ ਦਿਓ ਬੜੀ ਦੁਨੀਆ ਰੱਬ ਨੂੰ ਮੰਨਦੀ ਨਹੀਂ ਗੋਰੇ ਬੜੇ ਨੇ ਜੀ ਸਾਡੇ ਨਾਲ ਵਧੀਆ ਘਰ ਨੇ ਉਹਨਾਂ ਦੇ ਪੁੱਤ ਪੁੱਤੇ ਸਭ ਕੁਝ ਰੱਬ ਨੇ ਉਹਨਾਂ ਨੂੰ ਦਿੱਤਾ ਹੋਇਆ ਉਹਨਾਂ ਨੇ ਤੇ ਕਦੇ ਮੰਗਿਆ ਹੀ ਨਹੀਂ ਆ ਚੀਜ਼ਾਂ ਤੇ ਮੰਗਦੇ ਹੀ ਨਹੀਂ ਕਦੀ ਉਹ ਪਰ ਅਸੀਂ ਤੁਮ ਕਰੋ ਭਲਾ ਤੂੰ ਗੁਣ ਦੇਣਾ ਚਾਹੁੰਦਾ ਅਸੀਂ ਕਮਲਿਆਂ ਨੇ ਕਦੇ ਮੰਗੇ ਹੀ ਨਹੀਂ ਗੁਣ ਅਸੀਂ ਅਕਲ ਤੇ ਮੰਗੀ ਹੀ ਨਹੀਂ ਕਦੇ ਤੇਰੇ ਕੋਲ ਆ ਕੇ ਵੀ ਗੁਣ ਦਿਓ ਤੁਮ ਕਰੋ ਭਲਾ ਹਮ ਭਲੋ ਨਾ ਜਾਣਾ ਤੂੰ ਸਦਾ ਸਦਾ ਦਇਆਲਾ ਤੁਸੀਂ ਤੇ ਸਦਾ ਹੀ ਦਇਆਲੂ ਸੀ ਤੁਸੀਂ ਤੇ ਖਜ਼ਾਨਾ ਭਰੀ ਬੈਠੇ ਸੀ ਵੀ ਲੈ ਲੈ ਭਾਈ ਤੂੰ ਗੁਣ ਕਦੇ ਮੰਗਿਆ ਹੀ ਨਹੀਂ ਅਕਲ ਮੰਗੀ ਨਹੀਂ ਵੀ ਬਾਣੀ ਦਾ ਗਿਆਨ ਦਿਓ ਸਮਝ ਦਿਓ ਸਮਝ ਮੰਗਣੀ ਸੀ ਅਕਲ ਮੰਗਣੀ ਸੀ ਗੁਣ ਮੰਗਣੇ ਸੀ ਤੁਮ ਦਾਨ ਦੇਹੋ ਮਿਹਰਬਾਨਾ ਤੁਮ ਕਰੋ ਭਲਾ ਲੋ ਪੜੋ ਹਮ ਭਲੋ ਨਾ ਜਾਣਾ ਤੁਮ ਕਰੋ ਭਲਾ ਹਮ ਭਲੋ ਨਾ ਜਾਣੇ ਤੁਮ ਸਦਾ ਸਦਾ ਦਇਆਲਾ ਤੁਮ ਸੁਖਦਾਈ ਪੁਰਖ ਬੇਦਾਤੇ ਤੁਮ ਰੱਖੋ ਆਪਣੇ ਬਾਲਾ ਆਪਣੇ ਬੱਚਿਆਂ ਵਾਂਗੂ ਰੱਖਦੇ ਹੋ ਤੁਸੀਂ ਤੁਮ ਸੁਖਦਾਈ ਪੁਰਖ ਬਿਦਾਤੇ ਤੁਮ ਰੱਖੋ ਆਪਣੇ ਬਾਲਾ ਬੱਚਿਆਂ ਆਪਣਿਆਂ ਨੂੰ ਕਿਰਪਾ ਕਰਦੇ ਨੇ ਤੁਮ ਰੱਖੋ ਆਪਣੇ ਬਾਲਾ ਤੇਰਾ ਖਜ਼ਾਨਾ ਹੀ ਬਹੁਤ ਵੱਡਾ ਗੁਣ ਜਿਹੜੇ ਦੇਣਾ ਤੂੰ ਅਕਲ ਦੇਣਾ ਜਿਹੜੀ ਛੋਟਾ ਜਿਹਾ ਖਜ਼ਾਨਾ ਕਿਤੇ ਨਾ ਜੀ ਨਾ
तू ते पक्का सुल तेरी तेरी जड़ी सुल्तानी तेरी बादशाहत ओ अटल है तुम निदान अटल सुल्तान सारे तेरे अगे जाचना करते हैं जी जंत सब जाचे ते मैनू अकल कित्थों मिलेगी कहो नानक हम यह हवाला साडा ते होई हाल है मूर्खां दा एहो ही हाल है साडा कमलियां दा असी मंगदे नहीं सानू गुण लेने नहीं आए अकल मंगी नहीं असी पर गुरु जी सानू जाच सिखांदे वी इदां मंग लिया करो कहो नानक हम यह हवाला लोपण दिओ कहो नानक हम यह हवाला राख संतन के पाछे सानू संगत विच रखो गुरमुखां दी संगत विच रखोगे ते मेरा भला हो सकता साडा मूर्खां दा ते उही कमलियां दा हाल है असी ते होर ही कुछ मंगी जाने आ मंगणे गुण सी अकल मंगणी सी गुरमुखो अकल वालियां दीआं दस्सिओ भला अकल वाले समझदारां दीआं जेबां खाली रहिंदियां के भरियां रहिंदियां बोलो भरियां ही रहिंदियां उहनां नूं घाटा कोई नहीं अकल वालियां दे आपे कारज रास हुंदे ने मेहनती होणगे भुखे नहीं मरदे गुण लईए गुण मंगीए ये गुणा दा दाता है इत्थों गुण लैण आए आ इत्थों समझ लैनी है इत्थों अकल लैनी है माधो हम ऐसे तू ऐसा असी की मंगी जाने आ तू देना की चाहुंदा है किन्ना फर्क है वेखो फिर समझ आएगी जदों आ पंक्ति फिर दस्यो इहदा अर्थ की बणिया जो मंग है ठाकुर सोई सोई जिहड़े कदे रब तो कुछ मंगदे ही नहीं जिहड़े रब नूं ही नहीं मनदे रब तो की मंगणगे इह ते रब ते उहनां नूं भी देई जांदा सारा कुछ इह ते प्रक्रिया है ते नेचर है इह ते सिस्टम ही इदां दा फिर इहदा अर्थ की बणेगा जे गुण मंगेगा प्यारिया लो पूरा शब्द सुनो चतुर दिशा 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 कीनो बल अपना सिर ऊपर करता रहो सिर ऊपर करता रहो।